ਦੀ ਵੱਡੀ ਖਬਰ ਪੰਜਾਬੀ ਇੰਡਸਟਰੀ ਦੇ ਨਾਲ ਜੁੜੀ ਆ ਰਹੀ ਹੈ ਜਿੱਥੇ ਪੰਜਾਬੀ ਸਿੰਗਲ ਸਿੱਪੀ ਗਿਲ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਸਿੱਪੀ ਗਿਲ ਨੂੰ ਭਾਰਤ ਪਸ਼ੂ ਜਿਹੜੇ ਵੈਲਫੇਅਰ ਬੋਰਡ ਐ ਉਹਨਾਂ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਜਿਸ ਦਾ ਜਵਾਬ 7 ਦਿਨ ਦੇ ਅੰਦਰ ਸੀਪੀ ਗਿਲ ਤੋਂ ਮੰਗਿਆ ਗਿਆ ਸੋ ਤੁਹਾਨੂੰ ਦੱਸ ਦਿੰਦੇ ਆ ਕਿ ਸੀਪੀ ਗਿਲ ਦੇ ਦੋ ਸੰਗ ਜਿਹੜੇ ਆਏ ਸੀ ਨਵੰਬਰ 2020 ਦੇ ਵਿੱਚ ਬੱਬਰ ਸ਼ੇਰ ਤੇ 12 ਦੀਆਂ ਬਾਰਾ ਉਸ ਦੇ ਵਿੱਚ ਉਹਨਾਂ ਨੇ ਘੋੜੇ ਦੇ ਨਾਲ-ਨਾਲ ਕਈ ਜਾਨਵਰਾਂ ਦਾ ਜਿਹੜਾ ਸੀ ਉਹਨਾਂ ਨੂੰ ਵੀਡੀਓ ਦੇ ਵਿੱਚ ਲਿਆ ਸੀ ਜਿਸ ਤੋਂ ਬਾਅਦ ਸਮਾਸ਼ੇਵੀ ਪੰਡਿਤ ਰਾਏ ਤਨੇਰਵਰ ਵੱਲੋਂ ਸ਼ਿਕਾਇਤ ਜਿਹੜੀ ਸੀਗੀ ਉਹ ਦਰਜ ਕਰਵਾਈ ਗਈ ਸੀਗੀ ਜਿਸ ਉੱਤੇ ਐਕਸ਼ਨ ਲੈਂਦੇ ਆ ਹੁਣ ਪਸ਼ੂ ਵੈਲਫੇਅਰ ਬੋਰਡ ਵੱਲੋਂ ਨੋਟਿਸ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਹੈ ਸਿੱਪੀ ਗਿੱਲ ਨੂੰ ਜਿਸ ਦਾ ਜਵਾਬ 7 ਦਿਨ ਦੇ ਅੰਦਰ ਮੰਗਿਆ ਗਿਆ ਹੈ ਸੋ ਤੁਹਾਨੂੰ ਦੱਸ ਦੇ ਰਿਹਾ ਕਿ ਕਿਸੇ ਤਰ੍ਹਾਂ ਦੇ ਵੀ ਕੋਈ ਫਿਲਮ ਜਾਂ ਫੇ ਕੋਈ ਵੀਡੀਓ ਬਣਾਣੀ ਹੋਵੇ ਤਾਂ ਉਸ ਦੇ ਵਿੱਚ ਅਗੇ ਕੋਈ ਵੀ ਜਾਨਵਰ ਲੈਂਦੇ ਆਂ ਚਾਹੇ ਉਹ ਘੋੜਾ ਹੋਵੇ ਕੁੱਤਾ ਹੋਵੇ ਕਿਸੇ ਤਰ੍ਹਾਂ ਦਾ ਜਾਨਵਰ ਅਗਰ ਲੈਣਿਆ ਤਾਂ ਉਸ ਦੇ ਲਈ ਐਨਓਸੀ ਯਾਨੀ ਕਿ ਨਾਨ ਆਬਜੈਕਸ਼ਨਲ ਸਰਟੀਫਿਕੇਟ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਸਿੱਪੀ ਗਿੱਲ ਨੇ ਆਪਣੀ ਵੀਡੀਓ ਦੇ ਵਿੱਚ ਜਿਹਨਾਂ ਜਾਨਵਰ ਨੂੰ ਲਿਆ ਉਸ ਦੌਰਾਨ ਉਹਨਾਂ ਨੇ ਐਨਓਸੀ ਨਹੀਂ ਲਈ ਜਿਸ ਕਰਕੇ ਸਮਾਜ ਸੇਵੀ ਵੱਲੋਂ ਪੰਡਿਤ ਰਾਏ ਜਿਹੜੇ ਧਨੇਰਵਰ ਹੈ ਉਹਨਾਂ ਵੱਲੋਂ ਇੱਕ ਸ਼ਿਕਾਇਤ ਜਿਹੜੀ ਸੀ ਉਹ ਦਿੱਤੀ ਗਈ ਸੀ ਜਿਸ ਉੱਤੇ ਹੁਣ ਕਾਰਵਾਈ ਕਰਦਿਆ ਪਸ਼ੂ ਵੈਲਫੇਅਰ ਬੋਰਡ ਵੱਲੋਂ ਨੋਟਿਸ ਜਿਹੜਾ ਹੈ ਉਹ ਸੀਪੀ ਗਿਲ ਨੂੰ ਜਾਰੀ ਕਰ ਦਿੱਤਾ ਗਿਆ ਹੈ 7 ਦਿਨ ਦੇ ਅੰਦਰ ਜਵਾਬ ਦਿੱਤਾ ਮੰਗਿਆ ਗਿਆ ਹੈ ਸੋ ਤੁਹਾਨੂੰ ਦੱਸ ਦਿੰਦੇ ਆ ਕਿ 2 ਮਹੀਨੇ ਪਹਿਲਾਂ ਹੀ ਪੰਡਿਤ ਰਾਓ ਧਨੇਰਵਰ ਨੇ ਭਾਰਤ ਪਸ਼ੂ ਪਾਲਾਈ ਬੋਰਡ ਨੂੰ ਸ਼ਿਕਾਇਤ ਕੀਤੀ ਸੀ ਪੰਜਾਬੀ ਗਾਇਕ ਸੀਪੀ ਗਿਲ ਦੇ ਕਿ ਉਹਨਾਂ ਨੇ ਬਿਨਾ ਮਨਜ਼ੂਰੀ ਦੇ ਆਪਣੇ ਦੋ ਗਾਣਿਆਂ ਵਿੱਚ ਕੋੜਾ ਤੇ ਕੁੱਤਾ ਤੇ ਕੋਈ ਹੋਰ ਜਾਨਵਰ ਵਿਖਾਏ ਨੇ ਜਿਸ ਨੂੰ ਲੈ ਕੇ ਐਕਸ਼ਨ ਹੋਣਾ ਚਾਹੀਦਾ ਹੈ ਤੇ ਇਸੀ ਦੇ ਉੱਤੇ ਕਾਰਵਾਈ ਕਰਦੇ ਆ ਹੁਣ ਜਿਹੜੀ ਐਨੀਮਲ ਵੈਲਫੇਅਰ ਸੁਸਾਇਟੀ ਹੈ ਉਹਨਾਂ ਵੱਲੋਂ ਮਾਫ ਕਰਨਾ ਐਨੀਮਲ ਵੈਲਫੇਅਰ ਬੋਰਡ ਵੱਲੋਂ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਸੀਪੀ ਗਿੱਲ ਨੂੰ ਜਿਸ ਦਾ ਜਵਾਬ 7 ਦਿਨਾਂ ਦੇ ਅੰਦਰ ਮੰਗਿਆ ਗਿਆ ਸੋ ਹੁਣ ਵੇਖਣਾ ਹੈ ਕਿ ਸੀਪੀ ਗਿੱਲ ਵੱਲੋਂ ਕੀ ਜਵਾਬ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ ਤੇ ਕਦ ਤੱਕ ਇਹ ਜਵਾਬ ਜਿਹੜਾ ਹੈ ਪਸ਼ੂ ਵੈਲਫੇਅਰ ਬੋਰਡ ਨੂੰ ਦਿੱਤਾ ਜਾਵੇਗਾ ਪਰ ਪੰਜਾਬੀ ਇੰਡਸਟਰੀ ਦੇ ਨਾਲ ਜੁੜੀ ਆ ਰਹੀ ਹੈ ਜਿੱਥੇ ਪੰਜਾਬੀ ਸਿੰਗਲ ਸਿੱਪੀ ਗਿਲ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਸਿੱਪੀ ਗਿਲ ਨੂੰ ਭਾਰਤ ਪਸ਼ੂ ਜਿਹੜੇ ਵੈਲਫੇਅਰ ਬੋਰਡ ਐ ਉਹਨਾਂ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਜਿਸ ਦਾ ਜਵਾਬ 7 ਦਿਨ ਦੇ ਅੰਦਰ ਸੀਪੀ ਗਿਲ ਤੋਂ ਮੰਗਿਆ ਗਿਆ ਸੋ ਤੁਹਾਨੂੰ ਦੱਸ ਦਿੰਦੇ ਆ ਕਿ ਸੀਪੀ ਗਿਲ ਦੇ ਦੋ Song ਜਿਹੜੇ ਆਏ ਸੀ ਨਵੰਬਰ 2020 ਦੇ ਵਿੱਚ ਬੱਬਰ ਸ਼ੇਹ ਤੇ 12 ਦੀਆਂ ਬਾਰਾ ਉਸ ਦੇ ਵਿੱਚ ਉਹਨਾਂ ਨੇ ਘੋੜੇ ਦੇ ਨਾਲ ਨਾਲ ਕਈ ਜਾਨਵਰਾਂ ਦਾ ਜਿਹੜਾ ਸੀ ਉਹਨਾਂ ਨੂੰ ਵੀਡੀਓ ਦੇ ਵਿੱਚ ਲਿਆ ਸੀ ਜਿਸ ਤੋਂ ਬਾਅਦ ਸਮਾਜ ਸੇਵੀ ਪੰਡਿਤ ਰਾਏ ਤਨੇਰਵਰ ਵੱਲੋਂ ਸ਼ਿਕਾਇਤ ਜਿਹੜੀ ਸੀਗੀ ਉਹ ਦਰਜ ਕਰਵਾਈ ਗਈ ਸੀਗੀ ਜਿਸ ਤੇ ਐਕਸ਼ਨ ਲੈਂਦੇ ਆ ਹੁਣ ਪਸ਼ੂ ਵੈਲਫੇਅਰ ਬੋਰਡ ਵੱਲੋਂ ਨੋਟਿਸ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਹੈ ਸਿੱਪੀ ਗਿੱਲ ਨੂੰ ਜਿਸ ਦਾ ਜਵਾਬ 7 ਦਿਨ ਦੇ ਅੰਦਰ ਮੰਗਿਆ ਗਿਆ ਹੈ ਸੋ ਤੁਹਾਨੂੰ ਦੱਸਦੇ ਰਿਹਾ ਕਿ ਕਿਸੇ ਤਰ੍ਹਾਂ ਦੇ ਵੀ ਕੋਈ ਫਿਲਮ ਜਾਂ ਫੇ ਕੋਈ ਵੀਡੀਓ ਬਣਾਨੀ ਹੋਵੇ ਤਾਂ ਉਸ ਦੇ ਵਿੱਚ ਅਗਰ ਕੋਈ ਅਸੀਂ ਜਾਨਵਰ ਲੈਂਦੇ ਆ ਜਾਇਓ ਘੋੜਾ ਹੋਵੇ ਕੁੱਤਾ ਹੋਵੇ ਕਿਸੇ ਤਰ੍ਹਾਂ ਦਾ ਜਾਨਵਰ ਅਗਰ ਲੈਣਿਆ ਤਾਂ ਉਸ ਦਿਨ ਲਈ ਐਨਓਸੀ ਯਾਨੀ ਕਿ ਨਾਨ ਆਬਜੈਕਸ਼ਨਲ ਸਰਟੀਫਿਕੇਟ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਸਿੱਪੀ ਗਿੱਲ ਨੇ ਆਪਣੀ ਵੀਡੀਓ ਦੇ ਵਿੱਚ ਜਿਹਨਾਂ ਜਾਨਵਰ ਨੂੰ ਲਿਆ ਉਸ ਦੌਰਾਨ ਉਹਨਾਂ ਨੇ ਐਨਓਸੀ ਨਹੀਂ ਲਈ ਜਿਸ ਕਰਕੇ ਸਮਾਜ ਸੇਵੀ ਆ ਵੱਲੋਂ ਪੰਡਿਤ ਰਾਏ ਜਿਹੜੇ ਧਨੇਰਵਰ ਹੈ ਉਹਨਾਂ ਵੱਲੋਂ ਇੱਕ ਸ਼ਿਕਾਇਤ ਜਿਹੜੀ ਸੀ ਉਹ ਦਿੱਤੀ ਗਈ ਸੀ ਜਿਸ ਉੱਤੇ ਹੁਣ ਕਾਰਵਾਈ ਕਰਦਿਆ ਪਸ਼ੂ ਵੈਲਫੇਅਰ ਬੋਰਡ ਵੱਲੋਂ ਨੋਟਿਸ ਜਿਹੜਾ ਹੈ ਉਹ ਸੀਪੀ ਗਿੱਲ ਨੂੰ ਜਾਰੀ ਕਰ ਦਿੱਤਾ ਗਿਆ ਹੈ 7 ਦਿਨ ਦੇ ਅੰਦਰ ਜਵਾਬ ਦਿੱਤਾ ਮੰਗਿਆ ਗਿਆ ਹੈ ਸੋ ਤੁਹਾਨੂੰ ਦੱਸ ਦਿੰਦੇ ਆ ਕਿ 2 ਮਹੀਨੇ ਪਹਿਲਾਂ ਹੀ ਪੰਡਿਤ ਰਾਓ ਧਨੇਰਵਰ ਨੇ ਭਾਰਤ ਪਸ਼ੂ ਪਾਲਾਈ ਬੋਰਡ ਨੂੰ ਸ਼ਿਕਾਇਤ ਕੀਤੀ ਸੀ ਪੰਜਾਬੀ ਗਾਇਕ ਸੀਪੀ ਗਿੱਲ ਦੇ ਕਿ ਉਹਨਾਂ ਨੇ ਬਿਨਾ ਮਨਜ਼ੂਰੀ ਦੇ ਆਪਣੇ ਦੋ ਗਾਣਿਆਂ ਵਿੱਚ ਕੋੜਾ ਤੇ ਕੁੱਤਾ ਤੇ ਕਈ ਹੋਰ ਜਾਨਵਰ ਵਿਖਾਏ ਨੇ ਜਿਸ ਨੂੰ ਲੈ ਕੇ ਐਕਸ਼ਨ ਹੋਣਾ ਚਾਹੀਦਾ ਹੈ ਤੇ ਇਸੇ ਦੇ ਉੱਤੇ ਕਾਰਵਾਈ ਕਰਦੇ ਆ ਹੁਣ ਜਿਹੜੀ ਐਨੀਮਲ ਵੈਲਫੇਅਰ ਸੁਸਾਇਟੀ ਹੈ ਉਹਨਾਂ ਵੱਲੋਂ ਮਾਫ ਕਰਨਾ ਐਨੀਮਲ ਵੈਲਫੇਅਰ ਬੋਰਡ ਵੱਲੋਂ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਸੀਪੀ ਗਿੱਲ ਨੂੰ ਜਿਸ ਦਾ ਜਵਾਬ 7 ਦਿਨਾਂ ਦੇ ਅੰਦਰ ਮੰਗਿਆ ਗਿਆ ਸੋ ਹੁਣ ਵੇਖਣਾ ਹੈ ਕਿ ਸੀਪੀ ਗਿੱਲ ਵੱਲੋਂ ਕੀ ਜਵਾਬ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ ਤੇ ਕਦ ਤੱਕ ਇਹ ਜਵਾਬ ਜਿਹੜਾ ਹੈ ਪਸ਼ੂ ਵੈਲਫੇਅਰ ਬੋਰਡ ਨੂੰ ਦਿੱਤਾ ਜਾਵੇਗਾ ਖਬਰ ਪੰਜਾਬੀ ਇੰਡਸਟਰੀ ਦੇ ਨਾਲ ਜੁੜੀ ਆ ਰਹੀ ਹੈ ਜਿੱਥੇ ਪੰਜਾਬੀ ਸਿੰਗਲ ਸਿੱਪੀ ਗਿਲ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਸਿੱਪੀ ਗਿਲ ਨੂੰ ਭਾਰਤ ਪਸ਼ੂ ਜਿਹੜੇ ਵੈਲਫੇਅਰ ਬੋਰਡ ਐ ਉਹਨਾਂ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਜਿਸ ਦਾ ਜਵਾਬ 7 ਦਿਨ ਦੇ ਅੰਦਰ ਸੀਪੀ ਗਿਲ ਤੋਂ ਮੰਗਿਆ ਗਿਆ ਸੋ ਤੁਹਾਨੂੰ ਦੱਸ ਦਿੰਦੇ ਆ ਕਿ ਸੀਪੀ ਗਿਲ ਦੇ ਦੋ Song ਜਿਹੜੇ ਆਏ ਸੀ ਨਵੰਬਰ 2020 ਦੇ ਵਿੱਚ ਬੱਬਰ ਸ਼ੇਹ ਤੇ 12 ਦੀਆਂ ਬਾਰਾ ਉਸ ਦੇ ਵਿੱਚ ਉਹਨਾਂ ਨੇ ਘੋੜੇ ਦੇ ਨਾਲ ਨਾਲ ਕਈ ਜਾਨਵਰਾਂ ਦਾ ਜਿਹੜਾ ਸੀ ਉਹਨਾਂ ਨੂੰ ਵੀਡੀਓ ਦੇ ਵਿੱਚ ਲਿਆ ਸੀ ਜਿਸ ਤੋਂ ਬਾਅਦ ਸਮਾਜ ਸੇਵੀ ਪੰਡਿਤ ਰਾਏ ਤਨੇਰਵਰ ਵੱਲੋਂ ਸ਼ਿਕਾਇਤ ਜਿਹੜੀ ਸੀਗੀ ਉਹ ਦਰਜ ਕਰਵਾਈ ਗਈ ਸੀਗੀ ਜਿਸ ਤੇ ਐਕਸ਼ਨ ਲੈਂਦੇ ਆ ਹੁਣ ਪਸ਼ੂ ਵੈਲਫੇਅਰ ਬੋਰਡ ਵੱਲੋਂ ਨੋਟਿਸ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਹੈ ਸਿੱਪੀ ਗੇਲ ਨੂੰ ਜਿਸ ਦਾ ਜਵਾਬ 7 ਦਿਨ ਦੇ ਅੰਦਰ ਮੰਗਿਆ ਗਿਆ ਹੈ ਸੋ ਤੁਹਾਨੂੰ ਦੱਸ ਦੇ ਰਿਹਾ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਫਿਲਮ ਜਾਂ ਫੇ ਕੋਈ ਵੀਡੀਓ ਬਣਾਨੀ ਹੋਵੇ